ਹਾਂਜੀ, ਗੁੱਡ ਮਾਰਨਿੰਗ ਪ੍ਰਧਾਨ, ਕੀ ਹਾਲ ਚਾਲ ਆ ਸਾਰਿਆਂ ਦਾ? ਅਤੇ ਲਓ ਜੀ, ਅੱਜ ਦਾ ਵਲੋਗ ਸਟਾਰਟ ਹੋ ਚੁੱਕਾ ਆ। ਸੋ ਅੱਜ ਦੇ ਵਲੋਗ ਦੇ ਵਿੱਚ ਮੰਮੀ ਡੈਡੀ ਹੁਣੀ ਤਾਂ ਗਏ ਹੈਗੇ ਆ ਅੱਜ ਅਨੰਦਪੁਰ ਸਾਹਿਬ ਮੱਥਾ ਟੇਕਣ, ਸਾਰੇ ਪਾਸੇ ਮੱਥਾ ਟੇਕਣਾ, ਕਿਉਂਕਿ ਤਾਏ ਜੀ ਹੁਣਾਂ ਕੋਲ ਥੋੜ੍ਹੇ ਦਿਨ ਰਹਿ ਗਏ ਹੁਣ ਛੁੱਟੀ ਦੇ। ਸੋ ਤਾਏ ਜੀ ਹੁਣਾਂ ਜਾਣਾ, ਅਸੀਂ ਵੀ ਨਾਲ ਸੀਗਾ, ਪਰ ਥੋੜ੍ਹਾ ਜਿਹਾ ਬੁਟੀਕ 'ਤੇ ਕਰਨ ਨੂੰ ਕੰਮ ਆ, ਅਤੇ ਮੈਨੂੰ ਵੀ ਸ਼ਹਿਰ ਮਾੜਾ ਜਿਹਾ ਕੰਮ ਆ, ਜਾਣਾ ਤਾਂ ਬਹੁਤ ਸਾਨੂੰ ਸੀ, ਮਤਲਬ ਜਾਈਏ ਸ਼੍ਰੀ ਮੱਥਾ ਟੇਕ ਆਈਏ। ਅਤੇ ਪਰ ਤੁਹਾਨੂੰ ਪਤਾ ਜਦੋਂ ਬਾਬੇ ਨੇ ਸੱਦਣਾ ਉਦੋਂ ਸਪੈਸ਼ਲੀ ਸੱਦ ਲੈਣਾ ਆ, ਇਹਨੇ ਕਰਨ ਕਰਨ ਦਾ ਕੰਮ ਅਜੇ ਇੱਦਾਂ ਹੈ ਕਿ ਬੁਟੀਕ 'ਤੇ ਸਟਾਫ ਥੋੜ੍ਹਾ ਛੁੱਟੀ 'ਤੇ ਅੱਜ, ਅਤੇ ਇਹਨੂੰ ਥੋੜ੍ਹਾ ਜਿਹਾ ਉੱਥੇ ਧਿਆਨ ਦੇਣਾ ਪੈਣਾ ਜਾ ਕੇ, ਉਹ ਵੀ ਜਿਹੜਾ ਮੇਨ ਮੂਹਰੇ ਕੰਮ ਆਪਣੇ ਸਾਂਭਦਾ ਮੈਨੇਜ ਕਰਦੇ ਆ, ਅਤੇ ਉਹ ਛੁੱਟੀ 'ਤੇ ਆ, ਉਹਨਾਂ ਦਾ ਕੰਮ ਕੁੰਮ ਇਹਨੇ ਕਰਨਾ ਦੱਸਣਾ ਜਾ ਕੇ, ਅਤੇ ਬਾਕੀ ਆਪਾਂ ਕੰਮ ਸ਼ਹਿਰ ਆ ਥੋੜ੍ਹਾ ਜਿਹਾ, ਅਤੇ ਉਹ ਵਾਲਾ ਕੰਮ ਕਰਾਉਣਾ, ਅਤੇ ਬਾਕੀ ਇੱਦਾਂ ਆ। ਹੁਣ ਫਿਰ ਕਿੱਦਾਂ ਜਾ ਕੇ ਆਵਾਂਗੇ, ਵੈਸੇ ਅਸੀਂ ਜਾਂਦੇ ਹੁੰਦੇ, ਤੁਹਾਨੂੰ ਪਤਾ ਹਰੇਕ ਸਾਲ ਜਾਂਦੇ ਹੁੰਦੇ ਹਾਂ, ਸੋ ਥੋੜ੍ਹੇ ਦਿਨਾਂ ਤੱਕ ਜਾਣਾ, ਫਿਰ ਮੱਥਾ ਟੇਕ ਆਵਾਂਗੇ। ਬਾਕੀ ਚੱਲਦੇ ਹਾਂ, ਹੁਣ ਟਾਈਮ 11:12 ਹੋ ਗਿਆ, ਅਜੇ ਅਸੀਂ ਘਰੇ ਹੀ ਹਾਂ। ਵੈਸੇ ਸੋਚਿਆ ਸੀ ਅੱਜ 9-10 ਵਜੇ ਅਸੀਂ ਘਰੋਂ ਨਿਕਲ ਜਾਣਾ, ਅੱਜ ਅਸੀਂ ਉੱਠੇ ਹੀ 9 ਵਜੇ। ਵਾਹ, ਕਿਆ ਬਾਤ ਹੈ! ਖੋਲ ਗੇਟ ਕਪਤਾਨ, ਵਜੇ ਦੇ ਆਇਆ ਵਾਂ, ਟਾਈਮ 2:02 ਵੱਜ ਗਏ ਆ, ਅਤੇ ਹੁਣ ਇੱਧਰੋਂ ਭਟੂਰੇ ਲੈਣ ਲੱਗੇ ਕੁੜੀਆਂ, ਭਟੂਰੇ ਖਾਣੇ ਆ। ਹਾਂ, ਮੈਂ ਹੀ ਖਾਣੇ ਕੱਲ੍ਹ। ਕਿਹਨੇ ਕਿਹਾ? ਕਿਹਾ? ਲਓ ਜੀ, ਭਟੂਰੇ ਲੈ ਲਏ, ਅਤੇ ਕੋਈ ਆ ਗਿਆ ਜੀ ਮਿਲਣ, ਤਾਂ ਕਰਕੇ ਵੀਡੀਓ ਰੁਕਣੀ ਪਈ, ਅਤੇ ਹੁਣ ਅਸੀਂ ਚੱਲੇ ਹਾਂ। ਯਾਰ ਇਹਨਾਂ ਨੇ ਨਾ ਜੋ ਸੋਹਣਾ ਜਿਹਾ ਬਣਾਇਆ ਹੋਵੇ, ਬਹੁਤ ਲੋਕੀ ਆਉਣ। ਸੋਹਣਾ ਜਿਹਾ ਇੱਥੇ ਕੋਠੀ ਬਣਾ ਲੈਣਾ, ਉਹ ਕੰਮ ਕਰਨਾ ਨਹੀਂ ਹਾਂਜੀ, ਕੀ ਹਾਲ ਚਾਲ? ਤਾਏ ਹੁਣੀ ਘਰੇ ਆ ਗਏ ਸਾਰੇ ਜਾਣੇ, ਤੇ ਮੈਂ ਕਪਤਾਨ ਨੂੰ ਵੀ ਘੁਮਾ ਲਿਆ, ਤੇ ਪੱਠੇ ਪੁੱਠੇ ਲੈ ਜਾਂਦੇ, ਤੇ ਹੁਣ ਮੈਂ ਚੱਲਾ ਹੈਗਾ ਆ ਫੇਰ ਸ਼ਹਿਰ ਨੂੰ। ਕੱਲ ਇਹ ਉਹੀ ਵਾਲਾ ਬਲੌਗ ਆ, ਮਤਲਬ ਕੱਲ੍ਹ ਵਾਲੇ ਕੰਮ ਅੱਜ ਕਰਨ ਲੱਗੇ ਹਾਂ ਆਪਾਂ। ਸੋ ਮਤਲਬ ਕੱਪੜੇ ਕੁਪੜੇ ਚੇਂਜ ਕੀਤੇ, ਅਤੇ ਹੁਣ ਆਪਾਂ ਨਿਕਲਣ ਲੱਗੇ ਸ਼ਹਿਰ ਨੂੰ। ਸ਼ਹਿਰ ਕੀ ਕਰਨਾ? ਸ਼ਹਿਰ ਹੈਗਾ ਸਮਾਨ ਚੱਕਣੇ ਵਾਲਾ, ਥੋੜ੍ਹਾ ਗੋਲਡ ਆ ਅਤੇ ਹੋਰ ਆ ਸਮਾਨ, ਉਹ ਵਾਲਾ ਸਮਾਨ ਚੱਕ ਕੇ ਲੈ ਕੇ ਆਉਣਾ, ਅਤੇ ਥੋੜ੍ਹੀ ਜਿਹੀ ਸ਼ੋਪਿੰਗ ਕਰਨੀ ਹੈ ਨਾ। ਸ਼ੋਪਿੰਗ ਕਰਨੀ? ਚੱਲ ਆ ਜਾ ਹੁਣ, ਅੰਦਰਲੇ ਸ਼ੀਸ਼ੇ ਨੇ ਤੈਨੂੰ ਫੇਲ ਕਰਤਾ ਸੀ, ਕਦੇ ਅੰਦਰ ਕਦੇ ਬਾਹਰ, ਕਹਿਣ ਦਾ ਕੜਾ ਬਿੰਗਾ ਕਰ ਦਿੱਤਾ ਮੈਂ ਕਦੇ, ਯਾਰ ਤੂੰ ਹੀ ਕੀਤਾ ਮੰਮੀ, ਕੀਤਾ ਆ ਗਈ ਸਮਝ, ਉਦਾਂ ਬੇਸਮਝ ਸੀ ਮੰਮੀ, ਵਿਆਹ ਤੋਂ ਪਹਿਲਾਂ ਕਹਿੰਦੇ ਸੀ ਹੱਥ ਨੂੰ, ਕਹਿੰਦੀ ਬਹੁਤ ਕੋਮਲ ਕੋਮਲ ਹੱਥ ਆ ਤੇਰੇ, ਕਹਿੰਦੇ ਨੇ ਕੋਮਲ ਕੋਮਲ ਦੱਸੀ, ਬੋਲ ਹੱਸਦੀ ਨੀ ਤੁਸੀਂ ਇਹ ਗੱਲ ਕਹਿ, ਹੁਣ ਇਹਨੂੰ ਇਹੀ ਪੱਥਰ ਲੱਗਣ ਲੱਗ ਗਿਆ। ਫਰਕ ਤਾਂ ਪੈ ਜਾਂਦਾ ਜਦੋਂ 4-5 ਸਾਲ ਹੋ ਜਾਂਦੇ, ਪਹਿਲਾਂ ਹੱਥ ਕੋਮਲ ਹੁੰਦੇ ਆ, ਤੇ ਮੁੜ ਕੇ ਨਾ ਮੰਮੀ ਤੁਹਾਨੂੰ ਵੀ ਇੱਦਾਂ ਹੋਇਆ ਸੀ, ਅੰਦਰੋਂ ਹੁਣ ਕੀ ਕੱਢ ਸਕਦੇ, ਕੁਛ ਨੀ ਕੱਢਣੇ ਵਾਲਾ, ਕੁਛ ਇਹੀ ਨੀ ਕੱਢਣਾ ਕਿੱਥੋਂ। ਚਲੋ ਉਹ ਤੂੰ ਜਾ ਹਾਂ, 3 ਦਿਨ ਉਹ ਕਹਿੰਦਾ ਲੰਬੇ ਲੰਬੇ ਕਰਦੀ ਨੂੰ, ਜੇ ਐਤਕੀ ਕਟਾਏ ਨੀ, ਮਹੀਨਾ ਲੰਘ ਗਿਆ ਤਾਂ, ਜੇ ਐਤਕੀ ਮਹੀਨਾ ਹੋ ਗਿਆ ਕਟਾਏ ਤਾਂ ਲੰਬੇ ਲੰਬੇ ਦੱਸੀ ਜਾਂਦੇ। ਅੱਛਾ ਅੱਛਾ, ਬਸ ਹੁਣ ਸ਼ੁਰੂ ਹੋਈ ਆ ਕਟਾਉਣ ਨੂੰ ਲੱਗੀ ਮੈਨੂੰ ਲੱਗਦਾ, ਜਦੋਂ ਇਹ ਜ਼ਿਆਦਾ ਨਾ ਗੱਲ ਆਈ ਲੰਬੇ ਹੋ ਗਏ ਵਾਲ ਮੇਰੇ, ਇੱਦਾਂ ਹੋ ਗਿਆ, ਤੇ ਉਹ ਤੋਂ ਬਾਅਦ ਮੰਨ ਲਓ ਆਪੇ ਹਫ਼ਤਾ ਜਾਂ 10 ਦਿਨ ਲੰਘਣੇ ਆ, 10 ਦਿਨ ਬਾਅਦ ਇਹ ਕਹਿਣਾ ਆਹ ਦੇਖ ਤਾਂ ਰਫ ਕਿੰਨੇ ਰੋਜ਼ ਦੇਖ ਲਿਓ, ਆਹ ਤਾਂ ਖਰਾਬ ਹੋ ਗਿਆ, ਤਰੋਂ ਮੈਂ ਬਦਲ ਲਈ ਕਟਾਉਣੇ ਹੀ ਪੈਣੇ, ਸੁਣੀ ਜਾਂਦਾ ਵੀ ਕੀ ਕਰਦੇ ਆ, ਉਹ ਤਾਂ ਬੱਸ ਨਹੀਂ ਚੱਲਦਾ, ਤੈਨੂੰ ਖਾ ਜਾਵੇ ਨਹੀਂ ਤਾਂ ਫੜ ਕੇ ਉਹ। ਹੋਰ ਚਲੋ, ਸਾਰੇ ਡੈਡੀ ਇੱਧਰ ਤਾਂ ਆਏ ਹੀ ਵੀ, ਅਤੇ ਹੁਣ ਆਪਾਂ ਚੱਲੀਏ, ਚਲੋ ਇਹਨੂੰ ਛੱਡ ਦਿਓ, ਆਹੋ ਚਲੋ ਘੁੰਮ ਲਾ ਜਾਨੂੰ ਆ ਗਿਆ ਮੈਂ, ਚੱਲੀਏ ਤਾਏ ਜੀ ਆ ਜਾਓ।
ਸਾਰੇ ਜਿਹੜੇ ਆਰਾਮ ਨਾਲ ਬਹਿ ਗਏ ਗੱਡੀ ਚ ਬਹਿ ਕੇ, ਮੈਂ ਵੀ ਗੇਟ ਕਿਨ ਖੋਲੂ, ਮੈਂ ਤਾਂ ਬੜੀ ਸੀ ਮੈਂ ਮੈਨੂੰ ਨਾ ਖੋਲਦਾ, ਨਹੀਂ ਨਹੀਂ ਚੱਲ ਆਇਆ ਲੋੜਾਂ ਨੀ ਤਾਂ ਪੈਣਾ, ਮੈਂ ਤਾਂ ਜੀ ਇਧਰੋਂ ਸੌਖਾ, ਮੈਨੂੰ ਗੇਟ ਕੀਪਰ ਹੀ ਸੀਗੀ ਪਹਿਲਾਂ, ਉਹਨੂੰ ਪਤਾ ਸਮਝ ਨੀ ਆਈ ਮੈਨੂੰ ਖੋਲ ਦਿੱਤਾ, ਉਹ ਖੁੱਲਾ ਆ ਨੂੰ ਮੇਰਾ ਮਜ਼ਾਕ ਉਡਾਈ ਜਾਂਦੇ ਆ, ਤੈਨੂੰ ਪਤਾ ਨੀ ਲੱਗਿਆ ਲੋੜ ਨਾ ਲਵਾਉਣ ਦੀ, ਇੱਕ ਹੋਰ ਲੱਗਣਾ ਬਾਈ ਮੈਂ ਫੇਰ ਉਧਰ ਨੂੰ ਮੁੜ ਪਈ ਸੀ, ਭਲੇਖਾ ਹੀ ਲੱਗੀ ਜਾਂਦਾ, ਚਲੋ ਚਲੋ ਜੀ ਉਹ ਵੀ ਸ਼ਾਪਿੰਗ ਕਰਦੇ ਫਿਰਦੇ ਆ, ਅਸੀਂ ਵੀ ਸ਼ਾਪਿੰਗ ਕਰਦੇ ਫਿਰਦੇ ਆ, ਅਸੀਂ ਆਪਣੀ ਉਹ ਆਪਣੀ, ਮੈਂ ਕਿਹਾ ਬੀਜੇ ਮੈਂ ਤਾਂ ਨਹੀਂ ਨਹੀਂ ਹਜੇ ਨਹੀਂ ਉਹਦਾ ਪਤਾ ਕਿੰਨਾ ਟਾਈਮ ਲੱਗਣਾ, ਇਹ ਕਹਿੰਦੇ ਫੇਰ ਅਜੇ ਭਾਜੀ ਹੋਣਾ ਕੋ ਤੇ ਇੱਧਰ ਆਏ ਸੀਗੇ ਆਪਾਂ, ਦਿਖਾਈ ਕਰਨ ਚਲੋ ਕੜੇ ਲਏ ਆ ਦੋ ਤੇ ਉਹ ਦੇਖਦੇ ਭਾਈ, ਹੋਰ ਭਾਜੀ ਠੀਕ ਆ ਨਵੀਂ ਦਾ ਜੀ, ਓਕੇ ਰਿਪੋਰਟ ਬਹੁਤ ਵਧੀਆ ਠੀਕ ਠਾਕ, ਤੁਹਾਡੇ ਕੋਲ ਆਉਣ ਦਾ ਮੌਕਾ ਮਿਲ ਜਾਂਦਾ ਸੀ ਉਦੇ ਠੀਕ ਹੋ ਜੀਦਾ, ਹਾਂ ਇੱਥੇ ਬਹਿ ਕੇ ਠੀਕ ਹੋ ਜੀਦਾ ਆ ਕੇ, ਚਲੋ ਆਹ ਕੰਗਣ ਆ, ਅੱਛਾ ਡਿਜ਼ਾਇਨ ਸੇਮ ਆ ਉਦਾਂ ਦਾ ਨਿਕਲ ਆ, ਵੇਟ ਭਾਰਾ ਹੋ ਗਿਆ, ਸੋਹਣਾ ਆ, ਹਾਂ ਚਲੋ ਹੋਰ ਦਈਏ ਬਾਜੀ ਕਹਿੰਦੇ, ਸਹੀ ਗੱਲ ਆ, ਸਾਰੇ ਜਿੰਨੇ ਚੋਰ ਚੂਰ ਸਾਰੇ ਮਗਰ ਲੱਗ ਜਾਣ ਦੇਖ ਕੇ, ਸਾਰੇ ਐ ਪੰਜ ਛੇ ਛੇ ਟੋਪਸ ਪਾ ਲਿਆ ਇੱਦਾਂ ਲਾ ਕੇ ਮੋ ਡੰਡੀ ਜੀ ਆਰਾਮ ਨਾਲ ਦੇਖੀ, ਸਾਰੇ ਹੀ ਸ਼ਹਿਰ ਦੇ ਜਿੰਨੇ ਆਲੇ ਵਾਲੇ ਚੋਰ ਸਾਰੇ ਦਿਨ ਮਗਰ, ਸਹੀ ਗੱਲ ਆ, ਸੋਹਣੇ ਆ ਬਹੁਤ ਸੋਹਣੇ ਆ, ਚਲੋ ਸਰਿੰਗ ਲੈਣ ਦਾ ਟਾਈਮ ਆ ਗਿਆ, ਨਵੇਂ ਡਿਜ਼ਾਇਨ ਆ ਕਿ ਪੁਰਾਣੀ ਆ, ਅੱਛਾ ਆ ਕੇ ਆ ਗਿਆ, ਆ ਕੀ ਆ ਵੀ ਕੋਲ ਲੈ ਕੇ ਜਾਂਦਾ, ਲੈ ਕੇ ਜਾਂਦਾ ਇਹਨੂੰ ਐਡੀ ਬੜੀ ਪਾਉਣੀ ਕਿੱਦਾਂ, ਅੱਛਾ ਕੁੰਦਨ ਦੀ ਰਿੰਗਸ ਹੈ ਟ੍ਰੈਂਡ ਅੱਜ ਕੱਲ, ਓਕੇ 7.5 ਗ੍ਰਾਮ ਦੀ, ਹਾਂ ਸਪਰਿੰਗ ਵਾਲੀ, ਹਾਂ ਅੱਛਾ ਸਪਰਿੰਗ ਵਾਲੀ ਰਿੰਗ, ਵਾਹ ਵਾਟ ਆ ਡਿਜ਼ਾਈਨ, ਕਿੰਨਾ ਕੁਛ ਆਉਣ ਲੱਗ ਗਿਆ ਨਾ ਇਹਦੇ ਵਿੱਚ ਡਿਜ਼ਾਈਨ, ਉਹੀ ਮੈਂ ਕਹਿੰਦਾ ਪਿਆ ਇੱਡੀ ਪਾ ਕੇ ਤਾਂ ਫਿਰ ਲੋੜ ਹੀ ਨਹੀਂ ਪੈਂਦੀ ਅੱਖ ਹੱਥ ਚ ਪਾਉਣ ਦੀ, ਇੱਕ ਇੱਕ ਹਾਂ ਇੱਕੋ ਹੀ ਬਹੁਤ ਆ, ਹਾਂ ਕਿਹੜੀ ਮੋਰਨੀ ਪੀਕੌਕ ਬਣਿਆ, ਓ ਹਾਂ ਅੱਛਾ ਆ ਦੇ ਪੀਕੌਕ, ਆਇਆ ਕੁਛ ਪਸੰਦ, ਤਾਜੀ ਨੂੰ ਪੁੱਛੋ, ਤਾਜੀ ਕਹਿੰਦੇ ਮੈਨੂੰ ਕੋਈ ਵੀ ਨਹੀਂ ਪਸੰਦ, ਕਹਿੰਦੇ ਮੈਨੂੰ ਤਾਈ ਜੀ ਨੇ ਏਦਾਂ ਉੱਤੇ ਕੀਤੇ ਕਹਿੰਦੇ ਮੈਨੂੰ ਕੋਈ ਵੀ ਨਹੀਂ ਪਸੰਦ ਆਈ, ਭਾਜੀ ਕਹਿੰਦੇ ਹਲੇ ਭਾਜੀ ਕਹਿੰਦੇ ਅੰਕਲ ਜੀ ਨੇ ਕੀ ਕਹਿਣਾ, ਆ ਵੀ ਦੋ ਰਿੰਗਾਂ ਤੇ ਗਰਾਰੀ ਫਸੀ ਆ, ਦੋ ਰਿੰਗਾਂ ਆ ਵਾਲੀਆਂ ਤੇ ਤਾਂ ਜੀ ਹੁਣ ਦੋ ਰਿੰਗਾਂ ਚਾਹੀਦੀਆਂ ਅੱਜ ਦੇ ਲੋ, ਤਾਈ ਨੂੰ ਪਸੰਦ ਹੀ ਨਹੀਂ ਆਉਂਦੀ, ਐ ਚਲੋ ਹੋ ਗਿਆ ਡਨ, ਲੈ ਲੈ ਸਾਰਾ ਕੁਝ, ਲੈ ਲੈ ਜਿਹੜਾ ਸਮਾਨ ਲੈਣਾ ਸੀ, ਆ ਦੇ ਜੀਰਾ ਪੰਜਾਬੀ ਜੀਰਾ ਐਤਕੀ ਆਇਆ ਅੱਗੇ ਹੁੰਦਾ ਸੀ ਲਾਹੌਰੀ ਜੀਰਾ, ਹੁਣ ਇਹ ਪੀਤਾ, ਹੁਣ ਲੈ ਲਿਆ ਸਾਰਾ ਸਮਾਨ ਤੁਸੀਂ, ਕੁਛ ਰਹਿ ਤਾਂ ਨਹੀਂ ਗਿਆ, ਓਕੇ ਬਾਕੀ ਹੋ ਗਿਆ ਸਮਾਨ ਸਾਰਾ,
ਹੁਣ ਕਿਦਣ ਆਉਣਾ ਭਾਜੀ? ਉਹਦਾ ਮੈਂ ਪੁੱਛਣਾ ਚਾਹੀਦਾ ਨੀ, ਫੇਰ ਪੁੱਛ ਲੈਣੇ ਕਿਦਣ ਆਈਏ। ਉਹ ਸੱਦ ਲਿਆ ਕਰੋ, ਕੱਲ ਨੂੰ ਵੀ ਸੱਦ ਲਿਓ, ਪਹਿਲਾਂ ਹੀ ਆ। ਚਲੋ ਨਾਲੇ ਬਹਾਨੇ ਨਾਲ ਬੰਦਾ ਪਕੌੜੇ ਪਕੌੜੇ ਖਾ ਜਾਂਦਾ ਸਾਡੇ ਕੋਲ। ਅੱਜ ਨੀ ਖਵਾਏ, ਦੇ ਲਓ ਤੁਸੀਂ ਅੱਜ ਦੇਖ ਲਓ। ਉਹ ਨਾ ਨਾ ਛੇੜਦੇ ਹਾਂ, ਅੱਜ ਨੀ, ਅੱਜ ਰੋਟੀ ਰੋਟੀ ਖਾ ਗਏ, ਅਗਲੀ ਵਾਰ ਸਹੀ, ਨੈਕਸਟ ਟਾਈਮ। ਮਾਰੀ ਮਰਸੀਡੀਜ਼ ਕੇ ਸਾਥ ਜੀ ਵੈਗਨ ਕੌਣ ਲਗਾ ਗਿਆ? ਹੈਲੋ ਜੀ, ਹਮਾਰੀ ਮਰਸੀਡੀਜ਼ ਕੇ ਸਾਥ ਜੀ ਵੈਗਨ ਕੌਣ ਲਗਾ ਗਿਆ? ਹੈਲੋ, ਚਲੋ ਲੈ ਜੀ, ਹੁਣ ਜਿਹੜਾ ਸਮਾਨ ਸਮੂਨ ਲੈਣਾ ਸੀ ਉਹ ਲੈ ਲਿਆ, ਤੇ ਹੁਣ ਚੱਲੀਏ। ਇਹ ਬੰਦਾ ਦੇਖਾ ਦੇਖਾ ਲੱਗਦਾ, ਗੋਸ਼ਟ ਦੇਖੋ। ਅਸੀਂ ਆਏ ਭਾਂਡੇ ਟਿੰਡੇ ਦੇਖਣ, ਕੁੱਕਰ ਨਹੀਂ ਦੁਖੀ ਕੀਤਾ। ਉਹ ਤੀਜਾ ਕਿਹੜਾ ਲੱਗ ਗਿਆ ਹੁਣ? ਉਹ ਕਹਿੰਦੇ ਚੋਕਲੇਟ ਡੇ ਕੈਰਨ ਨੂੰ ਮੈਂ ਦਿੱਤੀ ਚੋਕਲੇਟ ਦਿਨ। ਖੁਸ਼ ਆ? 100 ਰੁਪਏ ਦੀ ਇੱਕ ਡੱਬੀ ਆ। ਹਾਂ ਚਲੋ ਠੀਕ ਆ, ਚਲ ਆ ਜਾ ਹੁਣ। ਮਾੜੀ ਗਾਂ ਤੂੜੀ ਤੇ। ਚਲੋ ਚੱਕਰ ਕੀ ਪਿਆ ਸੀ? ਉਹ ਬੱਲੇ ਕੈਲਕੂਲੇਟਰ ਵੀ ਸਾਂਭ ਕੇ ਰੱਖਿਆ ਹੈ, ਜੋ ਕੁੱਕਰ ਦੀ ਸੀਟੀ ਨਹੀਂ ਬਚਦੀ ਸੀਗੀ। ਅਸੀਂ ਅੱਜ ਟੈਸਟ ਹੀ ਕਰਨਾ ਹੈਗਾ ਸਿੱਧੀ ਦੁਕਾਨ ਤੇ। ਸਹੀ ਗੱਲ ਹੈ, ਟੈਸਟ ਕਰਕੇ ਭਾਜੀ ਹੁਣੀ ਵੇਚਦੇ ਚੀਜ਼ਾਂ। ਆਇਓ ਇੱਥੇ ਗੀਤਾ ਭਵਨ ਰੋਡ ਤੇ, ਲੈ ਕੇ ਜਾਇਓ। ਇਹ ਮਜ਼ਾਕ ਦੀ ਗੱਲ ਨੀ ਭਾਜੀ, ਆਊਗੇ ਸਾਡੇ ਕੋਲ ਬੰਦੇ, ਡਿਸਕਾਊਂਟ ਦੇ ਦਿਓ ਫਿਰ, ਠੀਕ ਹੈ? ਹਾਂ ਸਾਡੇ ਕੋਲ ਕਾਫੀ ਆਊਗੇ ਬੰਦੇ, ਲੈ ਕੇ ਜਾਓ ਜਿਵੇਂ ਸਮਾਨ ਲੈਣਾ ਹੋਇਆ, ਚੈੱਕ ਕਰਕੇ ਨਾਲ ਉਦਾਂ ਹੀ ਵਧੀਆ ਕੁਆਲਿਟੀ ਨਾਲ ਦਾਲ ਲਿਆਇਓ ਆਪਣੀ ਬਟਵਾ ਕੇ। ਹਾਂ ਦਾਲ ਬਣਾ ਕੇ ਵੀ ਦੇ ਦਿੰਦੇ, ਤੜਕਾ ਲਾ ਕੇ ਆ ਚੰਗੀ ਤਰ੍ਹਾਂ। ਦੁੱਧ ਲਿਆ, ਦੁੱਧ ਉਬਾਲ ਕੇ ਕੁੱਕਰ 'ਚ ਦਿਖਾਉਂਦੇ ਆ, ਇੱਦਾਂ ਐਨ ਵਧੀਆ ਗੱਲਬਾਤ ਇਹਨਾਂ ਦੀ। ਚਲੋ ਅੱਜ ਰੌਲਾ ਚੱਲਦਾ ਹੀ ਸੀ, ਅਤੇ ਕੁੱਕਰ ਦੇ ਰੌਲੇ ਚੱਲਦੇ ਚੱਲਦੇ ਅਸੀਂ ਇੱਧਰੋਂ ਆਏ ਹਾਂ। ਇੱਧਰੋਂ ਲੈਣਾ ਜਾਗੋ ਦਾ ਸਮਾਨ ਥੋੜ੍ਹਾ ਜਿਹਾ, ਚਪੇੜਾ ਖਾਣੀ ਆ ਕਹਿੰਦੇ। ਜਾਗੋ ਦਾ ਸਮਾਨ ਲੈਣਾ, ਜਾਗੋ ਦਾ ਸਮਾਨ, ਚਲ ਆ ਜਾਓ ਬਈ, ਜਾਗੋ ਦਾ ਸਮਾਨ ਇੱਥੇ ਕਹਿ ਗਏ, ਫਿਰ ਉਹ ਲੈਣਾ। ਤਾਇਆ ਜੀ ਪਿੱਛੇ ਰਹਿ ਗਏ, ਚਲੋ ਕਹਿੰਦੇ ਪੰਗਾ ਪੈ ਗਿਆ, ਕਹਿੰਦੇ ਮੰਡੇ ਆਇਓ, ਅਜੇ ਗਾ ਫਰਾਈਡੇ। ਚਲੋ ਕੋਈ ਚੱਕਰ ਨਹੀਂ, ਥੋੜ੍ਹਾ ਜਿਹਾ ਜਾਗੋ ਦਾ ਸਮਾਨ ਸੀ ਬਾਹਰ ਲੈ ਕੇ ਜਾਣਾ, ਵਿਆਹ ਤੋਂ ਬਾਅਦ ਆਏ ਸੀ ਪਹਿਲੀ ਵਾਰ ਇੱਥੇ, ਯਾਦ ਹੈ? ਓ ਵਾਹ, ਆਇਓ ਰੱਬਾ। ਚਲੋ ਕਹਿੰਦੇ ਕੁੰਦਨ ਦੀ ਜਵੈਲਰੀ ਆ ਗਈ ਵੀ, ਕੁੰਦਨ ਦੀ ਜਵੈਲਰੀ ਟੈਂਟਨ, ਕਿੱਦਾਂ ਸ਼ੋਪਿੰਗ ਮੂਡ 'ਚ ਹੀ ਆ, ਸਾਰੀ ਦਿਹਾੜੀ ਲੰਘੀ ਤੁਹਾਡੀ, ਸੋਹਣੇ ਲੱਗਣਗੇ। ਬੋਤਲ ਲੈ ਤੀ ਕਰਨ ਨੂੰ ਇੱਕ, ਅੱਜ 1000 ਰੁਪਏ ਦੀ, ਇੰਨੇ ਤਾਂ ਮੈਂ ਕਿਹਾ ਪਾਣੀ ਨਹੀਂ ਤਾਂ ਪੀਣਾ ਜਿੰਨੀ ਦੇ ਬੋਤਲ ਇਹ। ਚਲੋ ਮਨ ਕਰ ਗਿਆ ਆਈਸਕ੍ਰੀਮ ਖਾਣ ਦਾ, ਅਸੀਂ ਤਾਂ ਆਏ ਸੀ ਮਿਲਣ। ਬਰਗਰ ਲੈ ਕੇ, ਸ਼ਾਇਦ ਬਰਗਰ ਵਾਲਾ ਬੰਦਾ ਵੀ ਆ ਗਿਆ, ਪਾ ਗਈ ਖਾਲਸਾ ਸਵੀਟ।
ਭਾਜੀ ਹੋਣਾ ਕੋਲ ਬਰਗਰ ਵੀ ਲੈਣੇ ਹੁੰਦੇ ਨਾ, ਇੱਦਾਂ ਜਾ ਸਕਦੇ ਅਸੀਂ? ਹਾਜ਼ਰੀ ਲਵਾਉਣੀ ਪੈਂਦੀ ਆ। ਓਕੇ ਭਾਜੀ, ਠੀਕ ਆ, ਥੈਂਕ ਯੂ। ਚਲੋ ਫੜ ਲਿਆ ਸਮਾਨ, ਚਲਾ ਜਾਓ ਫਿਰ। ਓਕੇ ਠੀਕ ਆ ਭਾਜੀ, ਬਾਏ ਬਾਏ। ਓਕੇ ਚਲੋ, ਅਤੇ ਹੁਣ ਗੱਡੀ ਉੱਧਰੇ ਖੜੀ ਆ, ਬਾਕੀ ਉਹਦੇ ਵਿੱਚ ਬੈਠੇ ਆ, ਅਤੇ ਇਹ ਤੁਹਾਨੂੰ ਪਤਾ ਹੀ ਆ, ਇਹ ਟਿਕਣ ਵਾਲੀ ਹੈ ਨਹੀਂ ਕਿ ਇਹ ਤਾਂ ਜਾਣ ਵਾਲੀ ਘਰ ਨੂੰ। ਚਲੇ ਚੁਲੇ, ਮੈਂ ਟਰੱਕ ਤਾਂ ਲੈ ਦੇਣੀ ਆ ਧੱਕਾ ਮਾਰ ਕੇ, ਤੁਹਾਨੂੰ ਮੇਰਾ ਪਤਾ ਨਹੀਂ। ਔਰ ਕਪਤਾਨ ਹੁਣ ਤਾਂ ਤੇਰੇ ਕੋਲ ਹੋ ਗਏ ਆ, ਫੀਲਿੰਗ ਤੂੰ ਇੱਧਰ ਦੋ ਸਾਲ ਹੋ ਗਏ ਸਾਨੂੰ ਮਿਲਿਆ ਨੂੰ। ਔਰ ਇੱਦਾਂ ਅਜੇ ਤਾਂ ਘੰਟੇ ਦੋ ਤਿੰਨ ਚਾਰ ਕੇ ਹੋਏ ਆ, ਫੀਲਿੰਗ ਇੱਦਾਂ ਲੈਂਦਾ ਵੀ ਬਸ ਬਹੁਤ ਸਾਲ ਹੋ ਗਏ ਮੈਨੂੰ ਛੱਡ ਕੇ ਗਿਆ ਤੁਹਾਨੂੰ। ਤਾਈ ਜੀ ਨੂੰ ਜਾ ਕੇ, ਤਾਈ ਜੀ ਨੂੰ ਕਪਤਾਨ ਇੱਧਰ ਮੈਂ ਕੁੱਟਣਾ ਬਹੁਤ ਆ, ਤੈਨੂੰ ਮੇਰਾ ਪਤਾ ਨਹੀਂ ਫਿਰ ਐਲਤੀ ਜਿਹਾ। ਚਲੋ ਘਰ ਆ ਗਏ ਹਾਂ, ਅਤੇ ਉਹਨਾਂ ਕਪਤਾਨ ਘੁੰਮਣ ਚੱਲਾਂ, ਅਤੇ ਸ਼ੋਪਿੰਗ ਸ਼ੁਪਿੰਗ ਕਰਨੀ ਸੀ, ਉਹ ਸ਼ੋਪਿੰਗ ਸ਼ੁਪਿੰਗ ਹੋ ਗਈ ਆਪਣੀ, ਬਾਕੀ ਕਰਦੇ ਵਲੌਗ ਕੰਟੀਨਿਊ। ਰੋਕੇ ਕਹਿੰਦੇ ਬਰਗਰ ਖਾ ਲਿਆ, ਕੈਚ ਪਾ ਦੇ ਰਹੀਆਂ ਦੂਰੀਆਂ ਫਿਰਦੀਆਂ ਸਾਰੀਆਂ, ਇਹ ਵੀ ਖਾ ਲਾ ਹੁਣ। ਹੁਣ ਲੱਗੀ ਕੁੜੀ ਕਹਿੰਦੇ ਚੋਕਲੇਟਾਂ ਖੋਲਣ ਮੇਰੇ ਵੀਰੋ, ਚੋਕਲੇਟ ਚੋਕਲੇਟਾਂ ਨਹੀਂ ਚੋਕਲੇਟ ਕਰਨ ਦੇ ਸਪੈਸ਼ਲ ਲੈ ਕੇ ਆਇਆ ਮੈਂ, ਜਾਣੀ ਜਾ ਕੇ ਰੈਡੀ ਕਰਾ ਕੇ ਦੇਖ ਲਾ, ਗਿਫਟ ਵੀ ਪੈਕ ਕਰਾ ਲਿਆ, ਹੋਰ ਮੰਨਦੀ ਆ। ਹੈਲੋ ਤੂੰ ਦੇਖ ਲਾ ਕਿਹੜੀਆਂ, ਮੈਨੂੰ ਮੈਨੂੰ ਇੱਦਾਂ ਪਤਾ ਸੀ ਤੈਨੂੰ ਇਹ ਵਾਲੀਆਂ ਪਸੰਦ ਨਹੀਂ, ਮੈਂ ਤਾਂ ਲੈ ਕੇ ਆਇਆ, ਬਾਕੀ ਤੂੰ ਦੇਖ ਲਾ। ਮੈਨੂੰ ਦੋ ਚੋਕਲੇਟਾਂ ਬਹੁਤ ਪਸੰਦ ਆ, ਸੋ ਦੋ ਹੀ ਲੈ ਕੇ ਆਇਆ ਮੈਂ, ਆਹ ਦਿਖਾਈ ਉੱਪਰਲੀ, ਇਹ ਪਤਾ ਕਿਹੜੀ ਹੈ, ਯਾਦ ਕਰ ਜਿਹੜੀ ਉਦਣ ਲੈ ਕੇ ਆਇਆ ਸੀ, ਉਦਣ ਕਹਿੰਦੀ ਬਹੁਤ ਸਵਾਦ ਆ, ਇਹ ਬਹੁਤ ਸਵਾਦ ਆ। ਉਹ ਤੂੰ ਰੱਜ ਵੀ ਜਾਇਆ ਕਰ ਕਦੇ, ਦੂਜੀ ਦਿਖਾ ਕੇ ਨਹੀਂ ਲੈ ਕੇ ਆਇਆ, ਦੇਖ ਇਹੀ ਓਰਿਜਨਲ ਆ, ਫਿਰ ਇਹ ਓਰਿਜਨਲ ਆ, ਪਰ ਕਹਿੰਦਾ ਪਿਓਰ ਓਰਿਜਨਲ ਕਿਊ ਆਰ ਕਰ ਸਕਦੀ ਆ, 929 ਰੁਪਏ ਦੀਆਂ ਆ ਇਹ। ਦੇਖ ਲਾ, ਪਾਸ ਆ ਗਿਆ ਪਸੰਦ, ਚੱਲ ਹੈਪੀ ਚੋਕਲੇਟ ਸੀ ਕਰੀਦਾ, ਆ ਚੋਕਲੇਟ ਵਾਲਾ ਵੀ ਮਨਾਉਣਾ ਨਹੀਂ, ਮੈਂ ਕਿਹਾ ਚੱਲ ਮੂੰਹ ਬਣਾਈ ਜਾਂਦੀ, ਦੋ ਦਿਨ ਹੋ ਗਏ ਮੈਨੂੰ ਚੋਕ ਰੋਜ਼ ਨਹੀਂ ਦਿੱਤਾ, ਮੈਂ ਕਿਹਾ ਚੱਲ ਚੋਕਲੇਟ ਦੇ ਦਵਾਂ, ਤੈਨੂੰ ਚੋਕਲੇਟ ਮਿਲ ਗਈ ਤਾਂ ਰੋਜ਼ ਕੀ ਕਰਨਾ, ਰੋਜ਼ ਨੂੰ ਦਿੱਤਾ ਸੀ, ਯਾਦ ਕਰ ਮੇਰੀ ਮੰਨਦਾ ਸੀ ਨਾ ਤਾਂ ਡੈਰੀ ਮਿਲਕ ਜਿਹੜੀਆਂ ਆ ਏਦਾਂ ਏਦਾਂ ਦੀਆਂ ਨੀ ਹੋਣੀਆਂ, ਅੱਛਾ ਜਿਹੜੀ ਇੱਕ ਦੂਜੇ ਵਾਲੀ ਵੀ ਹੁੰਦੀ ਆ, ਹਾਂ ਯਾਰ ਮਤਲਬ ਇੱਕ ਖਰਚਾ ਵੀ ਕਰੋ, ਇੱਕ ਦੋ ਗੱਲਾਂ ਵੀ ਸੁਣਾ, ਨਹੀਂ ਉਦਾਂ ਸਸਤਾ ਪੈਣੀ ਤੁਹਾਨੂੰ, ਮੈਂ ਚਾਹ ਹੁਣ ਮਤਲਬ ਪਸੰਦ ਨਹੀਂ ਆਈਆਂ, ਸਵਾਦ ਬਹੁਤ ਪਸੰਦ ਆਈਆਂ, ਉਦੋਂ ਤਾਂ ਨਹੀਂ ਗੱਲ, ਕਿੰਨੇ ਦੀ ਦਿੱਤਾ ਹਾਲੀ ਰੇਟ ਕਿੱਥੇ, 185 ਰੁਪਏ ਦੀ ਲਿਆਂਦੀ ਤੇਲੇ, 185 ਰੁਪਏ ਠੀਕ ਹੈ, ਗੁੱਡ, ਛੋਟੀਆਂ ਲੈ ਦਿੰਦਾ ਤਾਂ ਮੈਂ ਫਿਰ ਖਾ ਵੀ ਲੈਂਦੀ, ਚਲ ਚਲ ਆ ਫੜ ਐਸ਼ ਕਰ, ਚਲੋ ਚਲੀਏ ਆਪਾਂ ਹੁਣ ਕਪਤਾਨ ਨੂੰ ਘੁਮਾਉਣ, ਮੈਨੂੰ ਲੱਗਾ ਸੀ ਡੁਪਲੀਕੇਟ ਹੋਣੀਆਂ, ਆ ਵੀ ਲਈਆਂ ਆਪਾਂ ਦੇ, ਇਹ ਮੈਂ ਉਦਾਂ ਲੱਖ ਲੈਣਾ ਉਹਨਾਂ ਕੋਲੇ, ਮੈਂ ਖਾਣਾ ਵਧੀਆ ਲਾ ਦਿਆਂ, ਮੇਰੀਆਂ ਵੀ ਆ ਵਿੱਚ, ਤੇਰੀਆਂ ਕਿੱਥੋਂ ਮੰਨ ਲਈਆਂ, ਤਾਂ ਮੈਂ ਕਹਿਣਾ ਹਟਣਾ ਤੇ ਪਰ ਹੋ ਜਾ ਹੁਣ, ਚਲ ਇਹ ਤੇਰੀਆਂ ਤੂਰੀਆਂ ਕੁਛ ਨਹੀਂ ਇਹਦੇ ਵਿੱਚ ਹੋਣਾ ਹੈਗਾ, ਹਾਂ ਹਾਂ ਇਹ ਤੇਰੀਆਂ ਸਾਂਭ ਲਾਉਣ ਤੋਂ ਔਖਾ, ਜਦ ਤੂੰ ਭੁੱਖੀ ਰਹਿਣੀ ਤੇ ਕੋਈ ਇੰਨੀਆਂ ਚੋਕਲੇਟਾਂ ਆ ਗਈਆਂ, ਫਿਰ ਚਿੰਗ ਮਤ ਡਿੱਗ ਗਈ ਮੁੜ ਕੇ ਆ ਕੇ, ਚੱਲ ਲੱਖ ਦਾ ਮੈਂ ਨਹੀਂ ਲੈਣੀਆਂ, ਮੈਂ ਫਿਰ ਨਾ ਨਾ ਮੈਂ ਲੈਣੀਆਂ ਨਹੀਂ, ਉਹ ਨਹੀਂ ਨਹੀਂ ਮੈਂ ਹੋਰ ਲੈ ਲੂੰਗਾ, ਰਹਿਣ ਦੇ ਰੱਖ ਲਾ ਵਿਚਾਰੇ, ਐਸ਼ ਕਰ ਕੋਈ ਨਹੀਂ, ਓਕੇ ਠੀਕ ਹੈ, ਅਤੇ ਬਾਕੀ ਫਿਰ ਕਰਦੇ ਵਲੌਗ ਕੱਢੇ, ਮੈਂ ਕਪਤਾਨ ਨੂੰ ਘੁੰਮਾ ਲਿਆ ਵਾ, ਉਹ ਬੋਬੂ ਕਰਦਾ ਆ।